ਸਾਡੇ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਯੂਟਿਊਬ ਪੇਜ ਟਰੈਵਲ ਵਿਦ ਸਾਹਿਬ ਘੱਗਾ। ਆਪਾਂ ਯੂਟਿਊਬ ਦਾ ਪੇਜ ਦਾ ਨਾਮ ਚੇਂਜ ਕਰਤਾ ਜੀ ਅਤੇ ਅੱਜ ਚੱਲੇ ਸੀ ਬੂਟਿਆਂ ਨੂੰ ਪਾਣੀ ਪਾਉਣ ਵਾਸਤੇ ਹੈਗਾ ਅਤੇ ਇੱਦਾਂ ਕਰਕੇ ਇੱਥੇ ਭਰਨਾ ਪੈ ਰਿਹਾ। ਇਹਨਾਂ ਨੇ ਇੰਨਾ ਮਾੜਾ ਕੰਮ ਕੀਤਾ ਕਿ ਇੱਕ ਵੀ ਪੌੜੀ ਨਹੀਂ ਬਣਾਈ, ਕੋਈ ਕੁਛ ਨਹੀਂ, ਕੋਈ ਪਾਣੀ ਭਰਨਾ ਜਾਂ ਕੋਈ ਬੁੜੀਆਂ ਨੇ ਕੱਪੜੇ ਧੋਣੇ ਆ। ਚੱਲ ਭਰ ਕੇ ਭਰੇ ਹਾਂ ਇਹਦੇ ਵਿੱਚ ਡਰੰਮ ਦੇ ਪਾ ਦਿਓ। ਔਖੇ ਹੋ ਰਹੇ ਹਾਂ, ਚਲੋ ਹਰਿਆਲੀ ਵਾਸਤੇ ਕੁਛ ਤਾਂ ਕਰਨਾ ਹੀ ਪੈਣਾ ਹੈਗਾ। ਬੰਦਾ ਸਾਡਾ ਪੈਰ ਲਮਕਿਆ ਪੂਰਾ, ਅਖਿਆਈ ਸਾਨੂੰ ਹੋ ਰਹੀ ਆ ਪੂਰੀ ਅਤੇ ਭਰੀ ਜਾਂਦਾ ਪਾਣੀ ਠੀਕ ਆਉਣ ਲੱਗ ਪਿਆ, ਨਹਾਉਣ ਜੋਗਾ ਆਉਣ ਲੱਗ ਪਿਆ ਪਾਣੀ। ਪੂਰੀ ਦਿਨ ਹੁੰਦੇ ਸੀ ਜਦੋਂ ਇੱਥੇ ਨਹਾਈਦਾ ਸੀਗਾ, ਕੱਚਾ ਸੂਹਾ ਹੁੰਦਾ ਸੀ, ਢਾਂ ਵਾਲਾ ਯਾਰ ਦੋਸਤ ਜ਼ਿਆਦੇ ਹੁੰਦੇ ਸੀ, ਥਾਂ ਥੋੜ੍ਹੀ ਹੁੰਦੀ ਸੀ, ਇੱਥੋਂ ਉੱਡ ਉੱਡ ਕੇ ਛਾਲਾਂ ਮਾਰੀ ਦੀਆਂ ਸੀ। ਹਾਂਜੀ ਪਾਣੀ ਪਾਈ ਜਾਂਦੇ ਹਾਂ ਫਿਲਟਰ ਨਾਲ, ਨਾਲ ਥੋੜ੍ਹੀ ਜਿਹੀ ਕਲੋਰੋ। ਆ ਬੂਟੇ ਲਾਏ ਸੀ ਨਾਲ ਨਾਲ ਖਾਲਦੇ ਆਪਦੇ ਹੀ, ਜ਼ਿਆਦਾ ਨਹੀਂ। ਅਤੇ ਟਰੈਕਟਰ ਸਾਡਾ ਹੋਰ ਹੀ ਬੰਨ ਨਿਕਲ ਚੱਲਿਆ ਅਤੇ ਨਾਲ ਨਾਲ ਲਾਈ ਜਾਂਦਾ, ਭਰ ਲਈ ਦੀ ਆ ਅਤੇ ਪਾਣੀ ਪਾ ਦਈਦਾ, ਕਲੋਰੋ ਨਾਲ ਪਾ ਦਈ ਥੋੜ੍ਹੇ ਜਿਹੇ। ਇਹ ਕਲਕੱਤਾ ਤੋਂ ਬੂਟੇ ਮੰਗਵਾਏ ਸੀ, ਅੰਬਾਂ ਦੇ ਜ਼ਿਆਦੇ ਆ ਅਤੇ ਚੱਲ ਤਾਂ ਮੂਸੇ ਲਾਈ ਸੀ। ਗਲਤ ਕੀਤਾ ਯਾਰ ਕੰਮ, ਐਡਾ ਤਕੜਾ ਸਿੰਗਰ ਸੀਗਾ। ਹਾਂ ਡੇਢ ਸਾਲ ਜੀ ਤਰੱਕੀ ਬਹੁਤ ਛੇਤੀ ਕੀਤੀ ਆ, ਉਹੀ ਗੱਲ ਉਹ ਚਮਕੀਲੇ ਚਮਕੀਲੇ ਵਾਲੀ ਗੱਲ ਬਣੀ ਆ। ਬਾਕੀ ਕਲਾਕਾਰਾਂ ਨੇ ਜਿਵੇਂ ਕਰਵਾਤਾ ਕੰਮ, ਗੱਲ ਤੇ ਉਹੀ ਆ, ਮੂਸਾ ਮੂਸਾ ਹੀ ਬਈ, ਮੂਸੇ ਵਾਲਾ। ਹਾਂ ਬਹੁਤ ਲੋਕ ਫੈਨ ਆ ਯਾਰ ਇਹਦੇ, ਬਾਹਰ ਬਹੁਤ ਫੈਨ ਆ, ਇੱਥੇ ਤਾਂ ਆਪਣੀ ਜਨਤਾ ਹੈ ਹੀ ਹੈ। ਹਾਂ ਜਿੱਤੇ ਮਰਿਆ ਕਿੰਨਾ ਕੱਟ ਸੀਗਾ, ਉਹੀ ਗੱਲ। ਜਿਹੜੇ ਬੂਟੇ ਰਹਿੰਦੇ ਸੀਗੇ ਉਹ ਵੀ ਲੱਗ ਗਏ ਆ ਅਤੇ ਹੁਣ ਚੱਲਦੇ ਹਾਂ ਦੂਜੇ ਖੇਤ, ਉੱਧਰ ਵੀ ਰਹਿਣੇ ਆ। ਮਤਲਬ ਕਿ 80 ਕੁ ਬੂਟੇ ਲੱਗ ਗਏ ਜੀ ਸਾਰੇ, 80ਆਂ ਦੇ ਵਿੱਚੋਂ 40-45 ਬੂਟੇ ਇੱਥੇ ਲਾਤੇ ਆ ਅਤੇ ਹੁਣ ਉਹ ਬੂਟਿਆਂ ਦਾ ਵਲਗਣ ਬਣਾ ਰਿਹਾ। ਐਡਾ ਜ਼ਿਆਦਾ ਵਲਗਣ ਨਹੀਂ ਬਣਾ ਰਹੇ, ਥੋੜ੍ਹਾ ਹੀ ਬਣਾਈ ਜਾਂਦੇ ਆ ਅਤੇ ਇਹਦੇ 'ਚ ਕਲੋਰੋ ਪਾਤੀ ਆ। ਕਲੋਰੋ ਦਾ ਇਹ ਫਾਇਦਾ ਹੁੰਦਾ ਕਿ ਇਹ ਕੀੜੀ ਵਗੈਰਾ ਕੱਚਾਪਨ ਬੂਟਾ ਰੱਖਦੀ ਕਿ ਬੂਟੇ ਮਰਦੇ ਨਹੀਂ, ਚੱਲ ਪੈਂਦੇ ਸਾਰੇ ਸਾਰੇ। ਕਿ ਤੁਸੀਂ ਵੀ ਇੱਦਾਂ ਵੱਟਾਂ 'ਤੇ ਲਾਓ, ਨਾਲੇ ਤਾਂ ਪੈਸਾ, ਨਾਲੇ ਹਰਿਆਲੀ, ਨਾਲੇ ਆਕਸੀਜਨ। ਅੰਬ ਦੇ ਬੂਟੇ ਰਹਿ ਗਏ ਜੀ, ਹਾਂ ਚਾਰ ਰਹਿ ਗਏ ਜਿਹੜੇ ਆ ਟੁੱਟ ਗਏ ਨਾ ਉੱਤੋਂ ਪਿਉਂਦ ਕੀਤੀ, ਇਹਨਾਂ ਨੂੰ ਜਿੱਥੇ ਮਰਜ਼ੀ ਲਾ ਦੇ ਥੱਲਿਓਂ ਫੁੱਟ ਪੈਣਗੇ। ਹਾਂ ਹਾਈਬ੍ਰਿਡ ਹੈ ਵੈਸੇ ਤਾਂ। ਅੰਬਾਂ ਇੱਧਰ ਜਾਮ ਅਤੇ ਫਿਰ ਇੱਧਰ ਅੰਬ ਆ ਗਿਆ, ਫਿਰ ਜਾਮੂ ਆ ਗਿਆ।